ਦੋਸਤੋ ਜੇ ਤੁਸੀਂ ਕੋਈ ਪ੍ਰਾਈਵੇਟ ਵਰਕ ਕਰਦੇ ਹੋ ਜਾਂ ਖੁਦ ਦੀ ਕੋਈ ਸ਼ੌਪ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੈ। ਇਸ ਵੀਡੀਓ 'ਚ ਮੈਂ ਦੱਸਾਂਗਾ ਤੁਸੀਂ ਮੈਜ 55 ਰੁਪਏ ਦੇ ਕੇ ਆਪਣੇ 3,000 ਦੀ ਪੈਨਸ਼ਨ ਕਿਵੇਂ ਲਾਗੂ ਕਰਵਾ ਸਕਦੇ ਹੋ। ਓਕੇ ਦੋਸਤੋ, ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ, ਆਪਾਂ ਸਿੱਧਾ ਮੋਟਿਵ 'ਤੇ ਆਉਂਦੇ। ਉਸ ਤੋਂ ਪਹਿਲਾਂ ਜੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਆਪਣੀ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਜੇ ਤੁਹਾਡੇ ਕੋਲ ਇਹ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ। ਤਾਂ ਦੋਸਤੋ, ਜਦੋਂ ਇਹ ਮੰਨਧਨ ਯੋਜਨਾ 'ਤੇ ਆਪਾਂ ਸਰਚ ਕਰਾਂਗੇ ਗੂਗਲ ਵਿੱਚ ਜਾ ਕੇ, ਸੇਮ ਪ੍ਰੋਸੈਸ ਤੁਸੀਂ ਮੋਬਾਈਲ 'ਤੇ ਵੀ ਕਰ ਸਕਦੇ ਹੋ ਅਤੇ ਇਹ ਚੈੱਕ ਕਰ ਸਕਦੇ ਹੋ। ਜਦੋਂ ਆਪਾਂ ਸਰਚ ਕਰਾਂਗੇ ਤਾਂ ਇਸ ਤਰ੍ਹਾਂ ਦੇ ਪੇਜ ਆਪਣੇ ਸਾਹਮਣੇ ਓਪਨ ਹੋ ਜਾਂਦਾ। ਉਸ ਤੋਂ ਬਾਅਦ ਜਦੋਂ ਨੀਚੇ ਆਪਾਂ ਚੈੱਕ ਕਰਾਂਗੇ ਤਾਂ ਡਿਟੇਲਸ ਉੱਪਰ ਆਪਾਂ ਕਲਿੱਕ ਕਰ ਲਾਂਗੇ। ਡਿਟੇਲਸ 'ਤੇ ਕਲਿੱਕ ਕਰਨ ਤੋਂ ਬਾਅਦ ਜਿਹੜੀ ਮੇਨ ਮੇਨ ਗੱਲਾਂ ਤੁਹਾਨੂੰ ਮੈਂ ਇਸ 'ਤੇ ਮਾਰਕ ਕਰਕੇ ਤੁਹਾਨੂੰ ਦਿਖਾ ਦਿੰਦਾ, ਬਾਕੀ ਤੁਸੀਂ ਇੱਕ ਵਾਰੀ ਚੰਗੀ ਤਰ੍ਹਾਂ ਰੀਡ ਕਰ ਲਿਓ, ਫਿਰ ਇਸ ਨੂੰ ਅਪਲਾਈ ਕਰ ਦਿਓ। ਅਤੇ ਇਸ ਵਿੱਚ ਜੋ ਅਪਲਾਈ ਕਰਨ ਵਾਲੇ ਨੂੰ 3,000 ਰੁਪਏ ਮੰਥਲੀ ਪੈਨਸ਼ਨ ਮਿਲੇਗੀ। ਇੱਥੇ ਇਹਨਾਂ ਨੇ ਸਾਫ ਮੈਂਸ਼ਨ ਕੀਤਾ ਹੋਇਆ ਅਤੇ ਏਜ ਲਿਮਿਟ ਦੀ ਗੱਲ ਕਰੀਏ 18 ਤੋਂ ਸਾਲ ਦਾ ਕੋਈ ਵੀ ਵਿਅਕਤੀ, ਲੇਡੀਜ਼ ਆ ਭਾਵੇਂ ਜੈਂਟਸ, ਇਸ ਨੂੰ ਅਪਲਾਈ ਕਰ ਸਕਦਾ। ਅਤੇ ਜੋ ਚਾਰਜਸ ਹੁੰਦੇ ਨੇ ਜਾਂ 55 ਜਾਂ 200 ਰੁਪਏ, ਅਤੇ ਅਲੱਗ ਅਲੱਗ ਸਕੀਮ ਦੇ ਹਿਸਾਬ ਨਾਲ ਇਹ ਪ੍ਰਾਈਜ਼ ਹੈ। ਅਤੇ ਤੁਹਾਨੂੰ ਪੈਨਸ਼ਨ ਦਾ ਐਲੀਜੀਬਿਲਟੀ ਕ੍ਰਾਈਟੇਰੀਆ ਦੀ ਗੱਲ ਕਰ ਲਈਏ ਤਾਂ ਪ੍ਰਾਈਵੇਟ ਸੈਕਟਰ ਵਿੱਚ ਵਰਕ ਕਰਦਾ ਹੋਣਾ ਚਾਹੀਦਾ ਕੋਈ ਵੀ ਕੈਂਡੀਡੇਟ। ਅਤੇ ਏਜ ਲਿਮਿਟ ਦੀ ਗੱਲ ਜਿਵੇਂ ਮੈਂ ਪਹਿਲਾਂ ਦੱਸ ਹੀ ਦਿੱਤੀ, 18 ਤੋਂ 40 ਸਾਲ, ਅਤੇ ਉਸਦੀ ਇਨਕਮ 15,000 ਤੋਂ ਘੱਟ ਉਸਦੀ ਇਨਕਮ ਹੋਣੀ ਚਾਹੀਦੀ ਹੈ। ਅਤੇ ਜੋ ਨਹੀਂ ਐਲੀਜੀਬਲ ਨੇ, ਇਸ ਵਾਸਤੇ ਇਹਨਾਂ ਨੇ ਵੀ ਇੱਥੇ ਮੈਂਸ਼ਨ ਕੀਤਾ, ਉਹ ਟੈਕਸ ਪੇਅਰ ਨਹੀਂ ਹੋਣਾ ਚਾਹੀਦਾ, ਟੈਕਸ ਨਾ ਪੇ ਕਰਦਾ ਹੋਵੇ ਸਰਕਾਰ ਨੂੰ। ਅਤੇ ਔਰਗਨਾਈਜ਼ਡ ਸੈਕਟਰ ਵਿੱਚ ਮਤਲਬ ਕਿਸੇ ਕੰਪਨੀ ਵਿੱਚ ਨਾ ਹੋਵੇ, ਜਿਹੜੀ ਮਤਲਬ ਲਿਮਿਟਡ ਕੰਪਨੀ ਹੁੰਦੀ ਹੈ ਉਹਨਾਂ ਵਿੱਚ ਕੰਮ ਨਾ ਕਰਦਾ ਹੋਵੇ। ਅਤੇ ਜ਼ਰੂਰੀ ਡਾਕੂਮੈਂਟ ਦੀ ਗੱਲ ਕਰੀਏ ਤਾਂ ਆਧਾਰ ਕਾਰਡ ਤੁਹਾਡੇ ਕੋਲ ਹੋਣਾ ਚਾਹੀਦਾ ਅਤੇ ਬੈਂਕ ਅਕਾਊਂਟ ਦਾ ਖਾਤਾ ਹੋਣਾ ਚਾਹੀਦਾ, ਭਾਵੇਂ ਉਹ ਜਨਧਨ ਅਕਾਊਂਟ ਦਾ ਹੋਵੇ। ਉਹ ਦੋਸਤੋ, ਅਤੇ ਹੁਣ ਤੁਹਾਨੂੰ ਅਪਲਾਈ ਕਰਨ ਦਾ ਤਰੀਕਾ ਵੀ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਨੈਕਸਟ ਵੀਡੀਓ ਆਪਣੇ ਬਣਾ ਦਿਆਂਗਾ ਇਸ ਚੈਨਲ 'ਤੇ। ਅਤੇ ਜੇ ਇਸ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਔਨਲਾਈਨ ਅਪਲਾਈ ਕਰਨਾ ਹੈ, ਤੁਹਾਨੂੰ ਸਿਖਾਵਾਂ। ਉਹ ਦੋਸਤੋ,